ਲੁਧਿਆਣਾ CIA2 ਦੀ ਟੀਮ ਦੇ ਸੂਚਨਾ ਦੇ ਆਧਾਰ ਤੇ ਸ਼ਿਮਲਾਪੁਰੀ ਵਿੱਚ 100 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਰੋਮੀ ਦੇ ਕੋਲ ਪਿਸਤੌਲ ਵੀ ਹੈ, ਜਿਸ ਤੋਂ ਬਾਅਦ ਪੁਲਿਸ ਨੇ 3 ਪਿਸਤੌਲ ਰੋਮੀ ਤੋਂ ਇੱਕ ਉਸਦੇ ਸਾਥੀ ਤੋਂ ਬਰਾਮਦ ਕੀਤੀ ਹੈ। ਪੁਲਿਸ ਨੇ ਕੁੱਲ 2 ਨਸ਼ਾ ਤਸਕਰ ਅਤੇ 7,70,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। इस संबंध में जानकारी देते हुए लुधियाना पुलिस कमिश्नर मनदीप सिंह सिद्धू ने कहा कि क्राइम ब्रांच की टीम ने बहुत वधिया काम किया है कि सूचना के आधार पर नाकेबंदी दौरान पहले दौरे विच 20 ग्राम हैरोइन बरामद करने उपरंत पूछगिछ तो बाद कुल 100 ग्राम हैरोइन बरामद की गई है। कहा कि 7,70,000 रुपए की ड्रग मनी और 4 पिस्टल समेत 2 नशा तस्करों को काबू किया है। इन्हों मानयोग अदालत में पेश कर रिमांड प्राप्त किया जाएगा और पूछगिछ दौरान होर भी खुलासे होने की उम्मीद है। ਨਾਲ ਅਸੀਂ ਹਰ ਕੇਸ ਨੂੰ ਬੜਾ ਡੂੰਘਿਆਈ ਨਾਲ ਅਤੇ ਉਸ ਲੈਵਲ 'ਤੇ ਉਹਨੂੰ ਉਹ ਕਰਦੇ ਹਾਂ ਅਤੇ ਇਹ ਜਿਹੜੀ ਟੀਮ ਨੇ ਜਿਹੜੀ ਸਾਡੀ CIA ਟੀਮ ਇੰਸਪੈਕਟਰ ਬੇਅੰਤ ਦੇ ਅੰਡਰ ਜਿਹੜੀ ਇਹ ਟੀਮ ਕੰਮ ਕਰਦੀ ਸੀ ਜਿਹਨੇ ਇਹ ਕੇਸ ਟ੍ਰੇਸ ਕੀਤਾ ਉਹਨਾਂ ਨੂੰ ਸਰਟੀਫਿਕੇਟਸ ਐਂਡ ਕੈਸ਼ ਰਿਵਾਰਡ ਕਿਉਂਕਿ ਗੱਲ ਨਹੀਂ ਹੋ ਪਈ ਅੱਜ ਅਤੇ ਇਹਨਾਂ ਨੂੰ ਵੀ ਅਸੀਂ ਸਰਟੀਫਿਕੇਟ ਐਂਡ ਕੈਸ਼ ਰਿਵਾਰਡ ਲਈ ਅਸੀਂ ਰਿਕਮੈਂਡ ਕਰਾਂਗੇ ਅਤੇ ਜਿਵੇਂ ਅਪਰੂਵ ਹੋਇਆ ਉਹ ਤੁਹਾਨੂੰ ਉਹ ਕਰ ਦਾਂਗੇ। ਬਟ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਜਿਹੜੀ ਕਿ ਇੱਥੇ ਜਿਹੜੀ ਲੁਧਿਆਣਾ ਕਮਿਸ਼ਨਰ ਅਤੇ ਮੇਰੀ ਟੀਮ ਦੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ। ਛੋਟੀ ਜਿਹੀ ਰਿਕਵਰੀ ਤੋਂ ਛੋਟੀ ਜਿਹੀ ਲੀਡ ਤੋਂ ਲੈ ਕੇ ਅਤੇ ਏਡੇ ਵੈਪਨ, ਇਹ ਵੈਪਨ ਸਾਰੇ ਹੀ ਇਵੇਂ ਹੈ ਜਿਹੜੇ ਕਿ ਮਤਲਬ ਦੇਖਣ ਨੂੰ ਤਾਂ ਭਾਵੇਂ ਦੇਸੀ ਲੱਗਦੇ ਆ ਪਰ ਇਹ ਜਿਹੜੇ ਸਫਿਸਟੀਕੇਟਡ ਇੰਪੋਰਟਡ ਵੈਪਨਸ ਵਾਂਗੂ ਹੀ ਹੈ, ਜਿਹੜੇ ਬਣੇ ਬਣਤਰ ਅਤੇ ਹੋਰ ਹੈ ਉਹਦੇ ਵਿੱਚ ਵੈਪਨ ਕਿੱਥੋਂ ਲਿਆਉਂਦੇ, ਕਿੰਨੇ ਦੇ ਲਿਆਉਂਦੇ ਪਾਰਟ ਹੈ, ਇਹਦੇ ਵਿੱਚ ਇਹਨਾਂ ਵੈਪਨ ਕਿਸੇ ਕ੍ਰਾਈਮ 'ਚ ਯੂਜ਼ ਹੋਏ ਕਿ ਨਹੀਂ ਹੋਏ, ਦੈਟਸ ਪਾਰਟ ਆਫ ਇਨਵੈਸਟੀਗੇਸ਼ਨ। ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ। ਵੈਪਨ ਕਿਤੇ ਵੇਚਦੇ ਵੁਚਦੇ ਤਾਂ ਨਹੀਂ ਲਿਆ ਕੇ ਜੀ? ਨਹੀਂ, ਇਹ ਸਾਰਾ ਕੁਛ ਚੈੱਕ ਕਰਨ ਵਾਲੀ ਗੱਲ, ਕਿਉਂਕਿ ਜਿਹਦਾ ਕ੍ਰਿਮੀਨਲ ਪਾਸਟ ਹੈ, ਜਿਹਦੇ ਕੋਲ 5 ਮੁਕੱਦਮੇ ਦਰਜ ਹੈ ਅਤੇ ਉਹ ਬੰਦੇ ਵੱਲੋਂ ਜਿਹੜਾ ਡਰੱਗ ਨਾਲ ਮਿਲਣੀ, ਇਹ ਤਾਂ ਡੈਡਲੀ ਕੰਬੀਨੇਸ਼ਨ ਹੋ ਗਿਆ ਨਾ, ਡਰੱਗ ਵੀ ਮਿਲ ਰਹੀ ਹੈ ਅਤੇ ਨਾਲ ਉਹਦੇ 'ਤੇ ਜਿਹੜਾ ਵੈਪਨ ਵੀ ਉਹਦੇ ਕੋਲੋਂ ਮਿਲ ਰਿਹਾ। ਡਰੱਗ ਐਂਡ ਵੈਪਨ ਦਾ ਜਿਹੜਾ ਇਹਨੂੰ ਡੈਡਲੀ ਕੰਬੀਨੇਸ਼ਨ ਹੈ, ਇਸੇ ਗੱਲ ਦੇ ਵਿੱਚ ਹੀ ਬੜਾ ਸੀ ਇਹਨੂੰ ਸੀਰੀਅਸਲੀ ਐਂਡ ਹਾਈਐਸਟ ਲੈਵਲ 'ਤੇ ਮੋਨੀਟਰ ਕਰਕੇ ਜਿਹੜਾ ਉਹਨੂੰ ਇਸ ਕੇਸ ਨੂੰ ਅਸੀਂ ਕੀਤਾ। ਅਤੇ ਫਸਟ ਜਿਹੜੀ ਅਰੈਸਟ ਪਈ ਸੀ ਉਹ ਪਈ ਸੀ ਜਿਹੜੇ ਪਹਿਲਾਂ 25 ਤਰੀਕ ਨੂੰ, ਹਾਂ 25 ਤਰੀਕ ਨੂੰ ਜਦੋਂ ਇਹਦੇ 'ਚ ਰੋਮੀ ਦੀ ਇਹਦੇ 'ਚ ਅਰੈਸਟ ਹੋਈ ਸੀ ਅਤੇ ਅੱਜ ਉਹਨੂੰ 27 ਤਰੀਕ ਹੈਗੇ। 27 ਤਰੀਕ ਤੱਕ ਇਹਨਾਂ ਤੋਂ ਅਸੀਂ 4 ਵੈਪਨ ਅਤੇ 7,70,000 ਰੁਪਇਆ ਜਿਹੜੀ ਇਹ ਡਰੱਗ ਮਨੀ ਹੈ ਜਿਹਦੇ ਵਿੱਚ ਇਹ ਡਰੱਗ ਵੇਚੀ ਗਈ ਹੈ ਅਤੇ ਜਿਹੜੇ ਪੈਸੇ ਰਿਕਵਰ ਹੋਏ ਹੋਏ ਆ, ਇਹਦਾ ਮਤਲਬ ਇਹਦੇ 'ਚ ਇਹਦੇ ਐਂਡ ਯੂਜ਼ਰ ਕਿਹੜੇ ਸੀਗੇ ਅਤੇ ਅੱਗੇ ਕਿੱਥੋਂ ਡਰੱਗ ਲੈ ਕੇ ਆ ਰਿਹਾ ਸੀ ਉਹ, ਅਤੇ ਪਲੱਸ ਇਹ ਵੈਪਨ ਕੀ ਕਰਨ ਲਈ ਆਏ ਸੀ, ਕਿਸੇ ਕ੍ਰਾਈਮ 'ਚ ਵਰਤੇ, ਇਹ ਪਾਰਟ ਆਫ ਇਨਵੈਸਟੀਗੇਸ਼ਨ। ਹੋਰ ਕਿੰਨੇ ਕੁ ਮੈਂਬਰ ਨੇ ਸਰ? ਹਾਂ, ਅਤੇ 100 ਗ੍ਰਾਮ ਇਹਦਾ ਕਿੰਨੇ ਕੁ ਹੋ ਸਕਦੇ ਮੈਂਬਰ? ਨਹੀਂ, ਇਹਦੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ, ਅਸੀਂ ਉਹਨੂੰ ਅੱਗੇ ਇਨਵੈਸਟੀਗੇਟ ਕਰਾਂਗੇ। ਇਹਨੂੰ ਪਹਿਲਾਂ ਤਾਂ ਰਿਮਾਂਡ ਲੈ ਕੇ ਇਹਨਾਂ ਦਾ ਕਾਫੀ ਖੁੱਲ੍ਹਾ ਰਿਮਾਂਡ ਦੇਵਾਂਗੇ, ਸੋ ਦੈਟ ਕਿ ਇਹਨਾਂ ਤੋਂ ਹੋਰ, ਜਿਵੇਂ ਇੰਨੇ ਟਾਈਮ ਦੇ ਵਿੱਚ ਅਸੀਂ 4 ਵੈਪਨ ਕਰਤੇ ਤਾਂ ਸਾਡੀ ਇੱਛਾ ਹੋਊਗੀ ਵੀ ਜੇ ਕੋਈ ਪਹਿਲਾਂ ਵੈਪਨ ਲਿਆਉਂਦੇ ਆ ਤਾਂ ਉਹ ਕਿਹਦੇ ਕੋਲ ਗਏ ਆ ਜਾਂ ਇਹ ਵੈਪਨ ਕਿੱਥੇ ਯੂਜ਼ ਹੋਏ ਆ ਵੀ ਉਹ ਸਾਰੇ ਕ੍ਰਾਈਮ ਡਿਟੈਕਟ ਕਰੇ। ਹਾਂਜੀ, ਡਰੱਗ 100 ਗ੍ਰਾਮ ਜਿਹੜਾ ਚਿੱਟਾ ਉਹਦੇ 'ਚ 20 ਗ੍ਰਾਮ ਤੋਂ ਫਿਰ ਦੁਬਾਰਾ ਪੁੱਛਗਿੱਛ ਦੌਰਾਨ ਆਇਆ ਅਤੇ ਫਿਰ ਅੱਗੇ ਉਹਨੂੰ ਉਹਦੇ 'ਚ ਉਹਨੂੰ ਰਿਕਵਰ ਉਹਦੇ 'ਚ।